ਸੋਸ਼ਲ ਮੀਡੀਆ ਦੇ ਉੱਤੇ ਬੜਾ ਕੁਝ ਚੰਗਾ ਸਿੱਖਿਆ ਜਾ ਸਕਦਾ ਏ ਤੇ ਲੋਕੀ ਸਿੱਖ ਵੀ ਰਹੇ ਨੇ। ਗੁਰੂ ਕੀ ਬਾਣੀ ਦਾ ਪ੍ਰਚਾਰ ਹੋ ਰਿਹਾ ਏ, ਕਥਾ ਹੋ ਰਹੀ ਏ, ਕੀਰਤਨ ਹੋ ਰਿਹਾ ਏ। ਸੰਗਤਾਂ ਲਾਹਾ ਲੈ ਰਹੀਆਂ ਨੇ। ਚੰਗੀਆਂ ਗੱਲਾਂ ਸਿੱਖਣ ਵਾਲੇ ਚੰਗੀਆਂ ਗੱਲਾਂ ਸਿੱਖ ਰਹੇ ਨੇ। ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਏ ਤੇ ਉੱਥੇ ਹੀ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਗੁਰਬਾਣੀ ਦੇ ਨਾਮ ਦੇ ਹੇਠਾਂ ਚੈਨਲ ਬਣਾਏ ਨੇ ਤੇ ਫੇਸਬੁੱਕ ਦੇ ਉੱਤੇ ਪੇਜ ਬਣਾਏ ਨੇ। ਉਹਨਾਂ ਦਾ ਕੰਮ ਇਹ ਹੋਈਏ ਪੀ ਗੁਰਬਾਣੀ ਦਾ ਇੱਕ ਸ਼ਬਦ ਲਾ ਕੇ ਜਾਂ ਕਥਾ ਪਾ ਕੇ ਉਹਦੇ ਵਿੱਚ ਪੰਜ ਸੱਤ ਐਡਾ ਜੜੀਆਂ ਨੇ ਪੰਜ-ਪੰਜ 2-2 ਮਿੰਟ ਬਾਦ ਲਾਉਣੀਆਂ ਜਿਹਦੇ ਨਾਲ ਉਹ ਇਸ ਤੋਂ ਪੈਸੇ ਕਮਾ ਸਕਣ ਹੈ। ਜਾਂ ਇੱਕ ਕੰਮ ਹੋਰ ਨਵਾਂ ਚੱਲਿਆ ਹੈ। ਪੀ ਵੀਡੀਓ ਦਾ ਟਾਈਟਲ ਜਾਂ ਥੰਬਨੇਲ ਇਹੋ ਜਿਹਾ ਬਣਾਉਣਗੇ। ਜਿਹਦੇ ਨਾਲ ਉਤੇ ਪੜਨ ਵਾਲਾ ਜਿਹੜਾ ਆਮ ਸੁਧਾਰਨ ਸਿੱਖ ਹੈ ਜਿਸ ਨੂੰ ਬਹੁਤੀ ਜਾਣਕਾਰੀ ਨਹੀਂ। ਜਾਂ ਉਹ ਲੋਕ ਨੇ ਜਿਨ੍ਹਾਂ ਨੇ ਗੁਰਬਾਣੀਆਂ ਜੇ ਪੜ੍ਹਨੀ ਸ਼ੁਰੂ ਕੀਤੀ ਏ ਜਾਂ ਸੁਣਨੀ ਸ਼ੁਰੂ ਕੀਤੀ ਏ ਉਹ ਇਹਨਾਂ ਦੀਆਂ ਨਾ ਗੱਲਾਂ ਭੋਲੀਆਂ ਦੇ ਵਿੱਚ ਆਣਗੇ ਭੋਲੇ ਲੋਕ ਕਿਸੇ ਭਰਮ ਦੇ ਵਿੱਚ ਪੈ ਕੇ ਹੋਰ ਹੀ ਰਸਤੇ ਤੁਰ ਪੈਂਦੇ ਨੇ ਅਧਿਆਤਮ ਦਾ ਪੂਰਾ ਲਾਹਾ ਨਹੀਂ ਲੈ ਰਹੇ ਮੈਂ ਗੱਲ ਕਰ ਰਿਹਾ ਉਹਨਾਂ ਵੀਡੀਓ ਦੀ ਜਿਹੜੀਆਂ ਵਹਿਮ ਭਰਮ ਫਲਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਹਿਮ ਕੱਢਦੀ ਏ ਪਰਮ ਦੂਰ ਕਰਦੀ ਏ ਪਰ ਇਹੋ ਜੇ ਲੋਕ ਨੇ ਜਿਹੜੇ ਕੁਰਬਾਨੀ ਨੂੰ ਵੀ ਵਹਿਮ ਭਰਮ ਦੇ ਤੌਰ ਤੇ ਵਰਤਦੇ ਨੇ ਆ ਤੁਸੀਂ ਵੀ ਦੇਖੋ ਤੇ ਇਹ ਤਾਂ ਪਾਈਏ ਵੀ ਵੱਧ ਤੋਂ ਵੱਧ ਸੰਗਤਾਂ ਸੁਚੇਤ ਹੋਣ ਤੇ ਇਨ੍ਹਾਂ ਪੈਸੇ ਦੇ ਵਪਾਰੀਆਂ ਦੇ ਕੋਲੋਂ ਬਚਣ ਤੇ ਇਨ੍ਹਾਂ ਦੇ ਉੱਤੇ ਵੱਧ ਤੋਂ ਵੱਧ ਵਿਰੋਧ ਕਰਨਾ ਸਕਤਾਈ ਦੇ ਨਾਲ ਇਹਨਾਂ ਨੂੰ ਲੈਣਾ ਚਾਹੀਦਾ ਏ ਇਹ ਕੁਰਬਾਨੀ ਕੋਈ ਖੇਡ ਜਾਂ ਕਿਸੇ ਤਰ੍ਹਾਂ ਦਾ ਸੌਦਾ ਵਪਾਰ ਕਰਨ ਵਾਲੀ ਚੀਜ਼ ਨਹੀਂ ਇਹਦੇ ਤੇ ਲਿਖਿਆ ਹੋਇਆ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲੇਗੀ ਇਹ ਸ਼ਬਦ ਸੁਣੋ ਅੱਗੇ ਗੁਰਬਾਣੀ ਦੀ ਪੰਕਤੀ ਲਿਖੀ ਹੈ ਕਹਿਣ ਦਾ ਭਾਵ ਤੁਸੀਂ ਇਹ ਸ਼ਬਦ ਸੁਣੋ ਤੇ ਤੁਹਾਨੂੰ ਨਾਲ ਹੀ ਖੁਸ਼ਖਬਰੀ ਮਿਲ ਜਾਣੀ ਹੈ ਇਹੋ ਜੀਆਂ ਗੱਲਾਂ ਕਰਨੀਆਂ ਇਹੋ ਜਿਹਾ ਟਾਈਟਲ ਲਿਖਣੇ ਇਹ ਗੁਰਬਾਣੀ ਦੀ ਬੇਦਬੀ ਵੀ ਹੈ ਤੇ ਸੰਗਤਾਂ ਦੇ ਨਾਲ ਧੋਖਾ ਤੇ ਮਜ਼ਾਕ ਵੀ ਹੈ ਖੁਸ਼ਖਬਰੀ ਤੇ ਮਿਲੇਗੀ ਜੇ ਤੁਸੀਂ ਗੁਰਬਾਣੀ ਉਦਾਂ ਵੀ ਪੜੋਗੇ ਜਿਹੜੇ ਤੁਹਾਡੇ ਕਰਮਾਂ 'ਚ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਏ ਉਹ ਕਰ ਹੀ ਦੇਣੀ ਏ ਤੇ ਇਹ ਗੱਲ ਕਹਿਣੇ ਵੀ ਇਸ ਸ਼ਬਦ ਨੂੰ ਸੁਣੋ ਖੁਸ਼ਖਬਰੀ ਮਿਲੇਗੀ ਤਾਂ ਜੋ ਵੱਧ ਤੋਂ ਵੱਧ ਲੋਕੀ ਸੁਣਨ ਤੇ ਸਾਨੂੰ ਕਮਾਈ ਹੋਵੇ ਬਸ ਇਹੋ ਹੀ ਪਿਛੇ ਜਿਹੜਾ ਮਕਸਦ ਏ ਹੋਰ ਕੀ ਏ ਹੋਰ ਅੱਗੇ ਵੇਖੋ ਅੱਗੇ ਲਿਖਿਆ ਹੈ ਵੀ ਦਿਲੋਂ ਵਾਹਿਗੁਰੂ ਜੀ ਲਿਖੋ ਖੁਸ਼ਖਬਰੀ ਮਿਲੇਗੀ ਇਹ ਅਕਸਰ ਹੀ ਕਈ ਵਾਰੀ ਵੇਖਿਆ ਫੇਸਬੁੱਕ ਦੇ ਉੱਤੇ ਵੀ ਕਿਸੇ ਗੁਰੂ ਸਾਹਿਬ ਦੀ ਫੋਟੋ ਪਾ ਕੇ ਜਾਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾ ਕੇ ਲਿਖਿਆ ਹੁੰਦਾ ਵੀ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਸੱਚੇ ਮਨੋਂ ਵਾਹਿਗੁਰੂ ਲਿਖੋ ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ। ਇਹੋ ਜੀਆਂ ਜਿਹੜੀਆਂ ਗੱਲਾਂ ਲਿਖ ਦੇਣੀਆਂ ਵੀ ਵਾਹਿਗੁਰੂ ਲਿਖਣ ਦੇ ਨਾਲ ਹੀ ਤੁਹਾਡਾ ਭਲਾ ਹੋ ਜਾਣਾ ਹੈ। ਅਸਲ ਦੇ ਵਿੱਚ ਰੀਚ ਵਧਾਉਣੀ ਹੁੰਦੀ ਹੈ, ਪੇਜ ਦੇ ਫੋਲੋਅਰਸ ਵਧਾਉਣੇ ਹੁੰਦੇ ਨੇ ਇਹ ਪਿਛੇਲੇ ਬੈਠੇ ਲੋਕ ਨੇ। ਇਹਨਾਂ ਦਾ ਸਿੱਖੀ ਦੇ ਨਾਲ ਦੂਰ ਦੂਰ ਦਾ ਕੋਈ ਵਾਸਤਾ ਨਹੀਂ। ਕਦੇ ਇਹਨਾਂ ਉੱਠ ਕੇ ਸਿਰੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਹੁੰਦਾ। ਜਿਹੜੇ ਤੁਹਾਨੂੰ ਕਹਿ ਰਹੇ ਨੇ ਵੈਰੂ ਲਿਖੋ ਇਹਨਾਂ ਕਦੇ ਆਪ ਵੈਰੂ ਆਖਿਆ ਕਿਉਂਕਿ ਇਹ ਮਕਸਦ ਹੈ ਸਿਰਫ ਇੱਕ ਧੰਦਾ ਚੱਲ ਰਿਹਾ ਹੈ ਇਹ ਕਿਸੇ ਧੰਦੇ ਦੇ ਨਾਲ ਗੁਰਬਾਣੀ ਨੂੰ ਵਰਤਿਆ ਜਾ ਰਿਹਾ ਹੈ ਹੋਰ ਅੱਗੇ ਵੇਖੋ ਇੱذ ਲਿਖਿਆ ਹੈ ਰਾਤ ਵੇਲੇ ਚੁੱਪ ਚਾਪ ਇਹ ਪਾਠ ਲਗਾ ਕੇ ਸੌਂ ਜਾਵੋ ਸਵੇਰ ਤੱਕ ਕੋ ਵੱਡੀ ਇਸ਼ਾ ਪੂਰੀ ਹੋਵੇਗੀ ਮਤਲਬ ਚੁੱਪ ਕਰਕੇ ਤੁਸੀਂ ਸੌਜੋ ਤੁਹਾਨੂੰ ਗੁਰਬਾਣੀ ਸੁਣਨੀ ਲੋੜ ਨਹੀਂ ਪਿਰਚ ਗੁਰੂ ਸਾਹਿਬ ਨੇ ਕੀ ਆਖਿਆ ਹੈ ਚੁੱਪ ਕਰਕੇ ਆਰਾਮ ਫਰਮਾਓ ਤੇ ਸ਼ਬਦ ਨੂੰ ਚਲਦੇ ਆ ਰਹਿਣ ਦਿਓ ਕੰਨਾਂ ਸੁਣਨ ਤੇ ਤੁਹਾਡੀ ਸਵੇਰ ਤੱਕ ਜਦੋਂ ਉੱਠੋਗੇ ਤੇ ਇਸ਼ਾ ਪੂਰੀ ਹੋਈ ਹੋਵੇਗੀ ਕਿੰਨਿਆਂ ਕਦੀ ਹੋਈ ਏ ਇਹੋ ਜੀਆਂ ਗੱਲਾਂ ਕਰਨ ਦੇ ਨਾਲ ਲਿਖਣ ਦੇ ਨਾਲ ਇਸ਼ਾ ਪੂਰੀ ਹੋ ਜਾਏਗੀ ਕਦੇ ਵੀ ਨਹੀਂ ਗੁਰਬਾਣੀ ਨੂੰ ਸੁਣਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਮਾਰਣ ਦੇ ਆਖਿਆ ਸੁਣੀਐ ਮੰਨੀਐ ਮਨ ਰਖਿਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਐਦਾਂ ਸੁਖ ਮਿਲਦਾ ਜੇ ਸੁਣ ਕੇ ਮੰਨਿਆ ਜਾਵੇ ਹੋਰ ਅੱਗੇ ਵੇਖੋ ਅੱਗੇ ਲਿਖਿਆ ਇਸ ਪਾਠ ਕੇ ਦੁਨੀਆ ਦੀ ਕੋਈ ਵੀ ਸ਼ਾਹ ਨਹੀਂ ਅੜ ਸਕਦੀ ਸਿਰਫ 13 ਦਿਨ ਪਾਠ ਕਰਨ ਦੇ ਨਾਲ ਈਸ਼ਾ ਪੂਰੀ ਹੋਵੇਗੀ ਕਹਿਣ ਦਾ ਭਾਵ 13 ਦਿਨ ਕਰਨਾ ਹੈ 14ਵੇਂ ਤੇ 15ਵੇਂ ਜਾਂ 16ਵੇਂ ਦਿਨ ਕਰੋਗੇ ਤੇ ਪਾਪ ਲੱਗੇਗਾ ਇਹ ਸਿਰਫ ਇੱਕ ਗੁਰਖ ਧੰਦਾ ਹੈ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਵੇਂ ਕਿਵੇਂ ਵੇਖੋ ਲੋਕਾਂ ਦੇ ਨਾਲ ਬੇਖੂ ਬਣਾ ਕੇ ਮਜ਼ਾਕ ਕੀਤਾ ਜਾ ਰਿਹਾ ਸਿੱਖੀ ਦਾ ਸਿੱਖੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਗੁਰਬਾਣੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਅੱਗੇ ਵੀ ਲਿਖਿਆ ਹੈ ਕਿ ਮੂਲ ਮੰਤਰ ਦਾ ਸਭ ਤੋਂ ਵੱਧ ਫਲ ਕਿਸ ਸਮੇਂ ਮਿਲਦਾ ਹੈ ਇਹ ਜਿੰਨਾ ਦੱਸਿਆ ਹੋਵੇਗਾ ਕਿ ਅਮਰਤ ਵੇਲੇ ਕਰੋ ਤੇ ਇਹੋ ਜਿਹੀਆਂ ਗੱਲਾਂ ਕਰਕੇ ਵੀ ਅਮਰਤ ਵੇਲੇ ਕਰੋ ਬਾਅਦ ਵਿੱਚ ਦੁਪਹਿਰਾਂ ਨੂੰ ਨਾ ਕਰੋ ਜਾਂ ਇਹੋ ਜਿਹੀਆਂ ਗੱਲਾਂ ਵਿੱਚ ਵੀਡੀਓ ਤੇ ਦੱਸੀਆਂ ਹੁੰਦੀਆਂ ਨੇ ਇਹਨਾਂ ਨੇ ਅੱਗੇ ਲਿਖਿਆ ਹੈ ਵੀ ਅੱਜ ਹਰ ਕੰਮ ਵਿੱਚ ਫਦੇ ਤੁਹਾਡੀ ਹੋਵੇਗੀ ਇਹ ਸ਼ਬਦ 32 ਵਾਰ ਸੁਣਾ ਦੁੱਖਾਂ ਦੀ ਜੜ ਪੱਟੀ ਜਾਵੇਗੀ ਤੇ ਜੰਤਰ ਮੰਤਰ ਕੀਤੇ ਕਰਾਏ ਦਾ ਜਿਹੜਾ ਅਸਰ ਖਤਮ ਹੋ ਜਾਏਗਾ 32 ਵਾਰੀ ਸੁਣਨਾ ਹੈ 33 ਵਾਰੀ ਨਹੀਂ ਸੁਣਨਾ ਤੇ ਜਿਹੜਾ ਲਿਖ ਰਿਹਾ ਉਹਨੇ ਭਾਵੇਂ ਇੱਕ ਵਾਰੀ ਉਹਨਾ ਕੀਤਾ ਹੋਵੇ ਸੋ ਕਿੰਨੀਆਂ ਕ ਵੀਡੀਓ ਕੱਢੀ ਐ ਕਿੰਨੀਆਂ ਕ ਦਸੀ ਐ ਇਹਦੇ ਤੋਂ ਇਲਾਵਾ ਅੱਜ ਪੁੰਨਿਆਂ ਦੀ ਰਾਤ ਇਹ ਸ਼ਬਦ ਸੁਣੋ ਅੱਜ ਪੁੰਨਿਆਂ ਦੀ ਰਾਤ ਸੁਣਿਓ ਕੱਲ ਉਹਨਾ ਸੁਣਿਓ ਕੱਲ ਪੁੰਨਿਆਂ ਦੀ ਰਾਤ ਨਹੀਂ ਹੋਣੀ ਅੱਜ ਮਸਿਆ ਹੈ 5 ਮਿੰਟ ਕੱਢ ਕੇ ਬਾਤ ਸੁਣੋ। ਕੋ ਵੱਡਿਆਂ ਭਾਗਾਂ ਵਾਲਾ ਸੁਣੇਗਾ। ਮਸਿਆਏ ਤਾਂ ਸੁਣਿਓ। ਅੱਗੇ ਪਿਛੇ ਕੋਈ ਗੱਲ ਨਹੀਂ ਚੱਲ ਜੇਗਾ ਕੰਮ ਨਾਲ ਸੁਣੋਂਗੇ ਤੇ ਗਾਣੇ ਸੁਣ ਲਓ। ਇਹ ਹਰਕਤਾਂ ਜਿਹੜੀਆਂ ਨੇ ਤੁਹਾਡੇ ਸਿੱਖੀ ਵਿੱਚ ਗੁਰਬਾਣੀ ਨਾਲ ਕੀਤੀਆਂ ਜਾ ਰਹੀਆਂ ਨੇ। ਅੱਜ ਮਸਿਆ ਦੀ ਦੁਪਹਿਰ ਤੋਂ ਕੋਈ ਵੱਡੇ ਭਾਗਾਂ ਵਾਲਾ ਹੀ 5 ਮਿੰਟ ਕੱਢ ਕੇ ਸੁਣੇਗਾ। ਮਸਿਆ ਦੀ ਰਾਤ ਤੇ ਬ੍ਰਾਹਮਣਾ ਜੋਤਿਸ਼ੀਆਂ ਕੋਲੋਂ ਸੁਣਿਆ ਸੀ ਹੁਣ ਮਸਿਆ ਦੀ ਦੁਪਹਿਰ ਉ ਕਰਕੇ ਵੀ ਇਹ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ। ਸ਼ਕੀਨوں ਕਿਸ ਪਾਸੇ ਲੈ ਜਾ ਰਹੇ ਨੇ ਲੋਕ ਅੱਜ ਮੰਗਲਵਾਰ ਦੀ ਸਵੇਰ ਹੈ ਜਿੱਥੇ ਪਾਠ ਚੱਲੇਗਾ ਉੱਥੇ ਧੰਦੇ ਭੰਡਾਰ ਭਰ ਜਾਣਗੇ ਗੱਲ ਰਹੀ ਹੈ ਕਰਨ ਵਾਲੀ ਮਗਰ ਮੰਗਲਵਾਰ ਹੈ ਅੱਜ ਅੱਗੇ ਲਿਖਿਆ ਵੀ ਅੱਜ ਜਿੱਥੇ ਵੀ ਦੁਪਹਿਰ ਤੋਂ ਸ਼ਾਮ ਤੱਕ ਇਹ ਪਾਠ ਚੱਲੇਗਾ ਮਤਲਬ ਅੱਜ ਦੇ ਦਿਨ ਕਿਹੜੇ ਦਿਨ ਜਦਨ ਵੀ ਕੋਈ ਵੀਡੀਓ ਵੇਖੇਗਾ ਕਿਉਂਕਿ ਜਿਹਨੇ ਵੀਡੀਓ ਵੇਖਣੀ ਉਹ ਦਿਨ ਅੱਜ ਹੀ ਹੋਣਾ ਨਾ ਇਸ ਕਰਕੇ ਇਹਨਾਂ ਦੇ ਟੋਟਕੇ ਨੁਕਤੇ ਚਲਾਕੀਆਂ ਤੇ ਬੇਫਕੂਫੀਆਂ ਨੇ ਜਿਹੜੇ ਇਹੋ ਜਿਹੇ ਲੋਕ ਪੈਸੇ ਦੀ ਖਾਤਰ ਸਿੱਖੀ ਦੇ ਨਾਲ ਬੜਾ ਵੱਡਾ ਮਨਜਾਗ ਹੈ ਤੇ ਗੁਰਬਾਣੀ ਦੀ ਗੁਰਵਰਤੋਂ ਹੈ ਇਹਨਾਂ ਚੈਨਲਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਏ ਇਹਨਾਂ ਦੀ ਵੀਡੀਓ ਵੇਖਣ ਤੋਂ ਪਹਿਲਾਂ ਰਿਪੋਰਟ ਮਾਰਿਆ ਕਰੋ ਵੱਧ ਤੋਂ ਵੱਧ ਰਿਪੋਰਟਾਂ ਵੱਜਣ ਤੇ ਇਹੋ ਜਿਹੇ ਚੈਨਲ ਬੰਦ ਹੋਣ ਜਿਹੜੇ ਸਿੱਖੀ ਦਾ ਮਜਾਕ ਉਡਾਉਂਦੇ ਨੇ ਗੁਰਬਾਣੀ ਦੀ ਗਲਤ ਵਰਤੋਂ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ